हाँ जी भाजी विनीत वर्मा जी, आज की कर रहे थे? देखो आज सानू पार्टी लीडरशिप वालों ऑर्डर सीगा भी वक् वक् पिंडां च अपने अपने हलकियां दे विच जाके पोस्टर कंपेयरिंग पार्टी ने शुरू करी है भी कैप्टन साहब या तो MSP देन या अपनी गद्दी छड्डन। सो उस संबंध च असीं वक् वक् पिंडां दा अज दौरा कर रहे हैं तो पोस्टर कंपेयरिंग जिहड़ी असीं ओह पोस्टर चिपका भी रहे हैं और बहुत वधिया हुंगारा सानू पिंड वासियां वल्लों ते शहर वासियां वल्लों मिल रहा है ते असीं पार्टी दी जो जिम्मेवारी है उह निभा रहे हैं। ਤੁਸੀਂ MSP ਦੀ ਗੱਲ ਕਰ ਰਹੇ ਹੋ, ਪੰਜਾਬ ਦਾ ਕਿਸਾਨ ਜਿਹੜਾ ਦਿੱਲੀ ਪਹੁੰਚਿਆ ਹੋਇਆ ਉੱਥੇ ਹਾਲਾਤ ਜਿਹੜੇ ਨੇ ਬੜੇ ਨਾਜ਼ੁਕ ਬਣੇ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਹਾਲਾਤ ਜਿਹੜੇ ਨਾਜ਼ੁਕ ਬਣੇ ਨੇ ਉਹ ਸਿੱਧੇ ਐਂਡ ਸਿੱਧੇ ਮੋਦੀ ਸਾਹਿਬ ਦੀ ਦੇਣ ਹੈ। ਦੇਖੋ ਇਹ ਕਿੱਡਾ ਗੈਰ ਜਮਰੂਨੀ ਹੈਗਾ ਵੀ ਅਸੀਂ ਆਪਣੇ ਕੋਈ ਕਿਸਾਨ ਭਰਾ ਸਾਡੇ ਜਿਹੜੇ ਇਸ ਦੇਸ਼ ਦੇ ਨਾਗਰਿਕ ਨੇ ਤੇ ਉਹ ਆਪਦੇ ਪ੍ਰਧਾਨ ਮੰਤਰੀ ਨੂੰ ਨਹੀਂ ਮਿਲ ਸਕਦੇ ਤੇ ਇੰਨਾ ਉਹ ਪ੍ਰਧਾਨ ਮੰਤਰੀ ਨੂੰ ਇਹਨਾਂ ਤੋਂ ਕਾਹਦਾ ਖਤਰਾ? ਸੋ ਜੋ ਇਹਨਾਂ ਨੇ ਮੋਦੀ ਸਾਹਿਬ ਨੇ ਖੱਟੜ ਸਾਹਿਬ ਨਾਲ ਮਿਲ ਕੇ ਜਾਂ ਜੋ ਕੈਪਟਨ ਸਾਹਿਬ ਨੇ ਆਪਦੀਆਂ ਨਾਕਾਮੀਆਂ ਛੁਪਾਉਣ ਵਾਸਤੇ ਰਸਤੇ ਉਹਨਾਂ ਦੇ ਰੋਕਣੇ ਔਰ ਉਹਨਾਂ ਨੂੰ ਜਾਣ ਤੋਂ ਕਿਸੇ ਨਾ ਕਿਸੇ ਤਰੀਕੇ ਅੜਚਣ ਪੈਦਾ ਕਰਨੀ ਤੇ ਭੁੱਖਣ ਭਾਣੇ ਜੱਟ ਜ਼ਿਮੀਦਾਰ ਸਾਡੇ ਜਿਹੜੇ ਭਰਾ ਨੇ ਉਹ ਆਪਦੀਆਂ ਫੈਮਿਲੀਜ਼ ਦੇ ਨਾਲ, ਲੇਡੀਜ਼ ਦੇ ਨਾਲ, ਛੋਟੇ ਛੋਟੇ ਬੱਚੇ, ਅਗਰ ਉਹਨਾਂ ਨੂੰ ਕੋਈ ਤਕਲੀਫ ਹੈ ਉਹ ਆਪਦੇ ਪ੍ਰਧਾਨ ਮੰਤਰੀ ਨਾਲ ਗੱਲ ਕਰਨਾ ਚਾਹੁੰਦੇ ਆ ਤਾਂ ਇਹ 'ਚ ਕਿਆ ਗਲਤ ਹੈ? ਸੋ ਉਹਨਾਂ ਨੂੰ ਰੋਕਣਾ ਗੈਰ ਜਮਹੂਰੀ ਅਤੇ ਬਿਲਕੁਲ ਉਹਨਾਂ ਦੇ ਜੋ ਫੰਡਾਮੈਂਟਲ ਰਾਈਟਸ ਹੈ ਉਹਨਾਂ ਦੇ ਖਿਲਾਫ ਹੈ। ਤੁਹਾਨੂੰ ਲੱਗਦਾ ਨਹੀਂ ਹੈ ਕਿ ਵੀ ਇਹ ਡਿਮਾਂਡ ਜਿਹੜੀ ਹੈ ਜਿਹੜੀ ਅਮਿਤ ਸ਼ਾਹ ਗੱਲ ਕਰ ਰਹੇ ਹੈ ਕਿ ਵੀ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਓ, ਕਿਸਾਨ ਹੋਣਗੇ ਇਕੱਠੇ? ਦੇਖੋ ਇਦਾਂ ਹੈ ਵੀ ਕਿਸਾਨਾਂ ਦੀ, ਦੇਖੋ ਕਿਸਾਨ ਸਾਰੇ ਇਕੱਠੇ ਨੇ, ਵੱਖ ਵੱਖ ਯੂਨੀਅਨਾਂ ਹੋ ਸਕਦੀਆਂ ਨੇ ਪਰ ਉਹਨਾਂ ਦਾ ਇੱਕੋ ਇੱਕ ਏਜੰਡਾ ਹੈ ਵੀ ਜਿਹੜੇ ਕਾਲੇ ਕਾਨੂੰਨ ਨੇ ਮੋਦੀ ਸਾਹਿਬ ਨੇ ਬਿਲਕੁਲ ਇਹ ਬਿਨਾਂ ਕਿਸੇ ਫਾਰਮਰ ਨੂੰ, ਬਿਨਾਂ ਕਿਸੇ ਕਿਸਾਨ ਨੂੰ, ਕਿ ਪੂਰੇ ਦੇਸ਼ ਦੇ ਕਿਸਾਨ ਨੂੰ ਕਿਸੇ ਨੂੰ ਵੀ ਕੌਨਫੀਡੈਂਸ ਲਏ ਬਿਨਾਂ ਜਿਹੜੇ ਕਾਨੂੰਨ ਇਹਨਾਂ ਨੇ ਕਾਲੇ ਲਾਗੂ ਕਰੇ ਨੇ ਉਹਨਾਂ ਦੇ ਖਿਲਾਫ 'ਚ ਪੰਜਾਬ ਕਿਹਾ ਪੂਰੇ ਦੇਸ਼ ਭਰ 'ਚ ਬਹੁਤ ਰੋਸ ਹੈ। ਪੰਜਾਬ, ਹਰਿਆਣਾ, ਯੂਪੀ, ਵੱਖ ਵੱਖ ਜਿਹੜੀਆਂ ਸਟੇਟਾਂ ਦੇ ਕਿਸਾਨ ਨੇ ਉਹ ਪੰਜਾਬ ਦੇ ਕਿਸਾਨ ਜਿਹੜੇ ਮੋਢੀ, ਜਿਹੜੀ ਇੱਕ ਬਹਾਦਰ ਕੌਮ ਹੈ, ਹਮੇਸ਼ਾ ਪੰਜਾਬੀ ਮੂਹਰੇ ਹੋ ਕੇ ਲੜਦੇ ਆਏ ਨੇ, ਉਹ ਲੜ ਰਹੇ ਨੇ ਔਰ ਬਾਕੀ ਸਾਰੇ ਕਿਸਾਨ ਜਿਹੜੀਆਂ ਹੋਰ ਵੀ ਸਟੇਟਾਂ ਦੇ ਨੇ ਉਹ ਵੀ ਉਹਨਾਂ ਨੂੰ ਸਮਰਥਨ ਕਰ ਰਹੇ ਆ। ਸੋ ਮੋਦੀ ਸਾਹਿਬ ਅਤੇ ਅਮਿਤ ਸ਼ਾਹ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਉਹਨਾਂ ਦਾ ਜੇ ਉਹ ਰਾਜ ਕਰਨਾ ਜਾਣਦੇ ਨੇ ਤਾਂ ਜਿਹੜਾ ਰਾਜ ਹੈ ਇਹ ਲੋਕਾਂ ਦਾ ਦੇਣ ਹੈ ਉਹਨਾਂ ਨੂੰ, ਅਤੇ ਲੋਕ ਅਗਰ ਉਹਨਾਂ ਨੂੰ ਕੁਰਸੀਆਂ 'ਤੇ ਬਿਠਾਉਣਾ ਜਾਣਦੇ ਆ ਤਾਂ ਉਹਨਾਂ ਨੂੰ ਕੁਰਸੀ ਤੋਂ ਲਾਉਣਾ ਵੀ ਜਾਣਦੇ ਔਰ ਮੈਨੂੰ ਇਹ ਲੱਗਦਾ ਵੀ ਜਿਹੋ ਜਿਹੇ ਹਾਲਾਤ ਉਹਨਾਂ ਨੇ ਕ੍ਰੀਏਟ ਕਰੇ ਨੇ। ਸੋ ਕਿਸਾਨ ਤਾਂ ਕਿਹਾ, ਵਪਾਰੀ ਕਿਹਾ, ਹਰ ਵਰਗ ਉਹਨਾਂ ਤੋਂ ਦੁਖੀ ਹੈ। ਕੀ ਤੁਸੀਂ ਇਹ ਮਤਲਬ ਤੁਹਾਨੂੰ ਲੱਗਦਾ ਕਿ ਤੁਸੀਂ ਪੰਜਾਬ ਤੋਂ ਹੋਰ ਵੀ ਕਿਸਾਨ ਜਥੇਬੰਦੀਆਂ ਉੱਥੇ ਜਾਣ ਨੂੰ ਤਿਆਰ ਹੈ ਜੇ ਡਿਮਾਂਡ ਨਹੀਂ ਪੂਰੀ ਹੁੰਦੀ ਤਾਂ? ਦੇਖੋ ਸਾਰੇ ਪੰਜਾਬ ਦੇ ਕਿਸਾਨ ਭਾਈਚਾਰਾ ਉੱਥੇ ਹੈਗਾ, ਵਪਾਰੀ ਭਾਈਚਾਰਾ ਉਹਨਾਂ ਦੇ ਨਾਲ ਅਤੇ ਹੋਰ ਵੀ ਜਿਹੜੇ ਸਾਡੇ ਭਾਈਚਾਰੇ ਨੇ ਉਹ ਸਾਰੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ, ਇਨਫੈਕਟ ਸਾਰਾ ਦੇਸ਼ ਅੱਜ ਕਿਸਾਨ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ। ਸੋ ਉਹਨਾਂ ਦੀ ਜੋ ਬਣਦੀ, ਦੇਖੋ ਹੋ ਸਕਦੀ ਹੈ ਮਦਦ ਉਹ ਕਰ ਰਹੇ ਨੇ, ਪਰ ਇੱਕ ਗੱਲ ਮੈਂ ਤੁਹਾਨੂੰ ਅੱਜ ਇੱਕ ਗੱਲ ਇਸ ਪਲੇਟਫਾਰਮ ਤੋਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਮੋਦੀ ਸਾਹਿਬ ਉਹ ਦਿਨ ਦੂਰ ਨਹੀਂ ਜਦੋਂ ਲੋਕ ਤੁਹਾਨੂੰ ਫੜ ਕੇ ਤੁਹਾਡੀ ਕੁਰਸੀ ਤੋਂ ਥੱਲੇ ਲਾਉਣਗੇ। ਔਰ ਅਮਿਤ ਸ਼ਾਹ ਜੀ ਜਿਹੜੇ ਤੁਸੀਂ ਇਹ ਮਿਲਣ ਦੇ ਉਹਨਾਂ ਨੂੰ ਡਰਾਮੇ ਕਰ ਰਹੇ ਹੋ ਵੀ ਅਸੀਂ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਜਾਓ, ਬਰਾੜੀ ਆ ਜਾਓ ਤੁਸੀਂ, ਅਸੀਂ ਉਹਨਾਂ ਨੂੰ ਮਿਲਣਾ ਚਾਹੁੰਦੇ, ਇਹਨਾਂ ਨੂੰ ਪਹਿਲੇ ਦਿਨ ਤੋਂ ਜਦੋਂ ਕਿਸਾਨ ਭਰਾ ਇੰਨੇ ਦਿਨਾਂ ਦੇ 50-60 ਦਿਨਾਂ ਦੇ ਉਹ ਵੱਖ ਵੱਖ ਪੰਜਾਬ ਦੀਆਂ ਜਗ੍ਹਾ ਤੋਂ ਅੰਦੋਲਨ ਕਰ ਰਹੇ ਸੀ ਜਾਂ ਇਹਨਾਂ ਨਾਲ ਮੀਟਿੰਗਾਂ ਅਟੈਂਡ ਕਰਨ ਜਾ ਰਹੇ ਸੀ ਤਾਂ ਇਹਨਾਂ ਦੇ ਸੈਂਟਰ ਦੇ ਮਿਨਿਸਟਰ ਨੇ ਉਹ ਚੀਜ਼ ਸਮਝੀ ਨਹੀਂ, ਪਰ ਹੁਣ ਪੰਜਾਬੀ ਔਰ ਪੰਜਾਬੀ ਕਿਸਾਨ ਉਹ ਜਾਗ ਚੁੱਕਿਆ, ਉਹ ਇਹਨਾਂ ਦੀ ਨੀਂਦ ਹਰਾਮ ਕਰਕੇ ਹਟਣਗੇ ਜਦ ਤੱਕ ਇਹ ਕਾਲੇ ਕਾਨੂੰਨ ਇਹ ਵਾਪਸ ਨਹੀਂ ਲੈਂਦੇ। ਦਿੱਲੀ 'ਚ ਤੁਹਾਡੀ ਆਪਣੀ ਸਰਕਾਰ ਹੈ ਅਤੇ ਤੁਸੀਂ ਕਿਵੇਂ ਕਿਸਾਨਾਂ ਦੇ ਨਾਲ ਖੜੇ ਹੋ, ਕਿਸ ਤਰ੍ਹਾਂ ਦੀ ਹੈਲਪ ਕਰ ਰਹੇ ਹੋ? ਦੇਖੋ ਦਿੱਲੀ ਦੇ ਵਿੱਚ ਪਹਿਲੀ ਗੱਲ ਤਾਂ ਕੀ ਹੈ ਵੀ ਜਿਹੜੇ ਪੰਜਾਬ ਦੇ ਕਿਸਾਨ ਸੀ ਕੈਪਟਨ ਸਾਹਿਬ ਨੂੰ ਉਹਨਾਂ ਦੀ ਬਾਂਹ ਫੜਨੀ ਚਾਹੀਦੀ ਸੀ। ਕੈਪਟਨ ਸਾਹਿਬ ਨੇ ਆਪਦਾ ਉਹਨਾਂ ਦੀ ਜਿਹੜੀਆਂ ਮੀਟਿੰਗਸ ਪਹਿਲਾਂ MSP ਲਈ ਲਾਗੂ ਹੋਈਆਂ ਉਸ ਮੀਟਿੰਗ ਦੇ ਵਿੱਚ ਮੌਜੂਦ ਰਹਿ ਕੇ ਉਹਨਾਂ ਲਈ ਕੱਖ ਨਹੀਂ ਕਰਿਆ। ਅੱਜ ਅਗਰ ਉਹ ਜੇ ਦਿੱਲੀ ਜਾਂਦੇ ਸੀ ਤਾਂ ਉਹਨਾਂ ਨੂੰ ਕੋਈ ਸਹੂਲਤ ਇਹਨਾਂ ਨੇ ਆਪਦੇ ਵੱਲੋਂ ਨਹੀਂ ਦਿੱਤੀ। ਔਰ ਸਾਡੀ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ, ਜਿਨ੍ਹਾਂ ਨੇ ਕਿਸਾਨਾਂ ਦੀ ਬਾਂਹ ਫੜੀ, ਜਿਨ੍ਹਾਂ ਨੇ ਸਟ੍ਰਿਕਟਲੀ ਜਦੋਂ ਸੈਂਟਰ ਗਵਰਨਮੈਂਟ ਨੇ ਉਹਨਾਂ ਨੂੰ ਆਖਿਆ ਵੀ ਅਸੀਂ ਕਿਸਾਨਾਂ ਨੂੰ ਫੜ ਕੇ ਜੇਲ੍ਹ 'ਚ ਦੇਣਾ, ਤੁਸੀਂ ਆਪਣੇ ਸਟੇਡੀਅਮ ਜਿਹੜੇ ਨੇ ਉਹ ਸਾਨੂੰ ਆਰਜ਼ੀ ਤੌਰ 'ਤੇ ਜੇਲ੍ਹਾਂ ਵਾਸਤੇ ਪ੍ਰੋਵਾਈਡ ਕਰਾਓ, ਤਾਂ ਉਹ ਦੇਖੋ ਕਿੱਡੀ ਵੱਡੀ ਗੱਲ ਆ, ਉਹਨਾਂ ਨੇ ਸਰਿਆਂ ਮਨਾ ਕਰਤਾ ਵੀ ਅਸੀਂ ਕਿਸਾਨਾਂ ਦੀ ਮੰਗਾਂ ਜਾਇਜ਼ ਨੇ, ਅਸੀਂ ਇਹਨਾਂ ਨੂੰ ਜੇਲ੍ਹਾਂ 'ਚ ਨਹੀਂ ਰੱਖਣ ਦੇਵਾਂਗੇ, ਨਾ ਅਸੀਂ ਤੁਹਾਡੇ ਆਪਣੇ ਸਟੇਡੀਅਮ ਇਹਨਾਂ ਨੂੰ ਤੰਗ ਕਰਨ ਵਾਸਤੇ ਅਸੀਂ ਜੇਲ੍ਹਾਂ ਵਿੱਚ ਕਨਵਰਟ ਕਰਾਂਗੇ। ਉਲਟਾ ਉਹਨਾਂ ਦੇ ਵਾਸਤੇ ਜੋ ਸਹੂਲਤ ਹੋ ਸਕਦੀ ਹੈ, ਸਾਡੇ ਵੱਖ ਵੱਖ MLA ਸਾਹਿਬਾਨ ਦਿੱਲੀ ਦੇ, ਪੰਜਾਬ ਦੀ ਸਾਡੀ ਲੀਡਰਸ਼ਿਪ ਵੀ ਉਹਨਾਂ ਨੂੰ ਚਾਹੇ ਉਹ ਪਾਣੀ ਹੋਵੇ, ਚਾਹੇ ਉਹ ਦਵਾ ਹੋਵੇ, ਚਾਹੇ ਖਾਣਾ ਹੋਵੇ, ਜੋ ਬਣਦਾ ਪੋਸੀਬਲ ਹੱਕ ਹੋ ਸਕਦਾ ਉਹਨਾਂ ਦਾ ਉਹ ਦਵਾਉਣ ਲਈ ਉਹਨਾਂ ਦੀ ਜੋ ਬਣਦੀ ਮਦਦ ਆ ਉਹ ਕਰ ਰਹੀ ਹੈ ਲੀਡਰਸ਼ਿਪ ਔਰ ਕਰਦੀ ਰਹੂਗੀ। ਮਿਸ਼ਨ 2022 ਦੀ ਜਿਹੜੀ ਤਿਆਰੀ ਹੈ ਉਹ ਪੰਜਾਬ 'ਚ ਕਿਸ ਤਰ੍ਹਾਂ ਦੀ ਹੈ? ਦੇਖੋ ਪੰਜਾਬ 'ਚ ਅਸੀਂ ਤਾਂ ਅਗਰੈਸਿਵ ਟੀਮਾਂ ਸਾਡੀਆਂ ਸਾਰੀਆਂ ਕੰਮ ਕਰ ਰਹੀਆਂ ਨੇ, ਅਸੀਂ ਤਾਂ ਗਰਾਊਂਡ ਲੈਵਲ 'ਤੇ ਵਰਕ ਕਰ ਰਹੇ ਹਾਂ। ਇਹਨਾਂ ਦੇ ਲੀਡਰ ਜਿਹੜੇ ਨੇ ਉਹ ਦੁਕਾਨਾਂ 'ਚ ਬੈਠ ਕੇ ਆਪਦੀਆਂ, ਅਤੇ ਦੁਕਾਨਾਂ ਦਾ ਮੈਂ ਹੁਣ ਤੁਹਾਨੂੰ ਕਿਹਾ ਦੱਸਾਂ ਵੀ ਜਿਹੜੇ ਇਹਨਾਂ ਦੇ ਆਫਿਸਿਸ ਨੇ ਉਹ ਦੁਕਾਨਾਂ ਹੀ ਵਾਜਦੀ ਰੇਟ 'ਚ ਬਣੀਆਂ ਹੋਈਆਂ ਨੇ, ਉਹਨਾਂ 'ਚ ਬੈਠ ਕੇ ਲੋਕ ਭਲਾਈ ਦੇ ਛੱਡ ਕੇ ਆਪਣੇ ਭਲਾਈ ਦੇ ਕੰਮ ਕਰਦੇ ਨੇ ਔਰ ਇਹਨਾਂ ਦਾ ਵਿਕਾਸ ਜਿਹੜਾ ਹੈਗਾ
वह साडा हलका मोहाली बिल्कुल चंडीगढ़ जो पंजाब की राजधानी है वो नाल होने के बावजूद एक किलोमीटर चंडीगढ़ तो बाहर विकास नहीं निकलिया तो पूरे पंजाब विकास जोड़ा है वो असी लोगों दिखा रहे हैं और साडे सानू दिखाण की भी चलो इनफैक्ट क्या लोड़ है लोगों आप पता है भी इन्हों विकास जोड़ा है इन्हों के घर शुरू होकर इन्हों घर के बेड़े तक खत्म हो जाता है। जी गल कैप्टन अमरिंदर सिंह जी अपील कर रहे किसानों को उन्होंने प्लेटफॉर्म से मतलब कि इकट्ठा हो जाना चाहिए अमित शाह की गल मान लेनी चाहिए वो बारे की कहना चाहिए। देखो जी इदा भी अमित शाह जी उदो कितने से जो किसान 50-60 दिन पंजाब भुखण भाने उन्होंने मिलने वास्ते समा मंगते रहे और डिमांड जिहड़ियां अपनियां उन्हां तक पहुँचाते रहे। हुण अज दी रेट दे विच मैनूं नहीं लगता भी अमित शाह नूं इह गल कहणी भी तुसीं उत्थे आओ असीं गल करांगे जिन्हें गल करनी है वह जिथे किसान बैठे उत्थे भी हो सकती सी। देखो अज बराड़ी किसान पहुँच गया 100 औकड़ां इन्हां ने लाइया सो वह शूरवीर वह सूरमे साडे सो अपने तरीके नाल इन्हां नूं फैसला इन्हां दा जरूर करनगे। सो मेरी फिर थोड़े माध्यम राही सेंटर गौरमेंट नूं यही बेनती है भी देखो देश का माहौल जिहड़ा हैगा वो थोड़े उल्टे पुल्टे कानूनों करके पहला ही बहुत चंगा नहीं चल रहा। सो आप यहजे किसान भरावानों अगर उस कोई थोड़े बिल्स तो तकलीफ हैगी है जो कि तुसी बिना कंसेंट तो उन्होंने बनाए हुए हैं सो उन्होंने वापस लेना चाहिए। हाँ ये कहते हैं अगर किसान हितैषी है जे मैं मेरे हितैषी को कानून बनता मैं ही सैटिस्फाई नहीं तो मोदी जी ने जिद छड़ लेनी चाहिए है ये। अच्छा जे उन्होंने हितैषी है तो वह क्यों विरोध कर रहे हैं। सो एक गल आपां नूं अंडरस्टूड है भी यह सिर्फ अडानी अंबानी की सरकार है ये उन्हां वास्ते रूल्स ने उन्हां वास्ते बिल्स ने तो उही इन्हां तो खुश ने तो मोदी जी खुश ने सारा किसान जिहड़ा उहदे विरोध च आ और असी पुरजोर मंग करदे हां सेंटर सरकार नूं भी अखां खोल लैण हजे भी कुछ नहीं बिगड़िया ये काले कानून वापस लैके वह किसानां दी बांह फड़न उल्टा उन्हां नूं होर जिहड़े उन्हां दी कोई परसनल या उन्हां दे कोई किसानी संबंधित कोई मसले ने वह हल करन। धन्यवाद। हाँ जी आरती मैम ਤੁਸੀਂ ਆਪ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੀ ਹੋ ਅਤੇ ਇੱਕ ਸਮਾਜ ਸੇਵਿਕਾ ਵੀ ਹੋ ਮੈਮ ਕਿਸ ਤਰ੍ਹਾਂ ਦਾ ਪੰਜਾਬ 'ਚ ਇਹਦੀ ਲਹਿਰ ਜਿਹੜੀ ਹੈ ਉਹ ਜਾਰੀ ਰੱਖੀ ਹੈ ਕਿਸਾਨਾਂ ਦੀ? ਪੰਜਾਬ 'ਚ ਲਹਿਰ ਬਹੁਤ ਅੱਛੀ ਤਰ੍ਹਾਂ ਜਾਰੀ ਹੈ ਸਾਡੇ ਕਿਸਾਨ ਭਾਈ ਦਿੱਲੀ ਐਂਟਰ ਕਰ ਗਏ ਨੇ ਔਰ ਇਹ ਉਹਨਾਂ ਦੀ ਬਹੁਤ ਵੱਡੀ ਫਤਿਹ ਹੈ ਪਹਿਲਾ ਸਟੈਪ ਫਤਿਹ ਦੀ ਔਰ ਉਹਨਾਂ ਦਾ ਇਹ ਹੈਗਾ ਕਿ ਉਹ ਅੰਦਰ ਐਂਟਰ ਕਰ ਗਏ ਨੇ ਇਤਿਹਾਸਿਕ ਸਟੈਪ ਹੈ ਅੱਜ ਤੱਕ ਕਿਸਾਨ ਸਾਡੇ ਦਿੱਲੀ ਐਂਟਰ ਨਹੀਂ ਕੀਤੇ ਸੀਗੇ ਔਰ ਦੂਜਾ ਅਸੀਂ ਇੱਥੇ ਮੁਹਿੰਮ ਚਲਾਇਆ ਹੋਇਆ ਪੋਸਟਰ ਕੰਪੇਨਿੰਗ ਜਿਹੜੀ ਅਸੀਂ ਕਰ ਰਹੇ ਹੈਗੇ ਹਾਂ ਕਿਉਂਕਿ ਕਿਸਾਨ ਭਾਈ ਉੱਥੇ ਲੜ ਰਹੇ ਨੇ ਅਸੀਂ ਇੱਥੇ ਲੜ ਰਹੇ ਹਾਂ ਪਿੰਡ ਪਿੰਡ ਜਾ ਕੇ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਪੋਸਟਰ ਕੰਪੇਨਿੰਗ ਕਰ ਰਹੇ ਹਾਂ ਪੋਸਟਰ ਚਿਪਕਾ ਵੀ ਰਹੇ ਹਾਂ ਲੋਕਾਂ ਨੂੰ ਦੱਸ ਵੀ ਰਹੇ ਹਾਂ ਕੁਛ ਲੋਕ ਹੈ ਜਿਹੜੇ ਹਾਲੇ ਵੀ ਅਵੇਅਰ ਨਹੀਂ ਹੈਗੇ ਇਸ ਚੀਜ਼ ਦਾ ਅਤੇ ਉਹਨਾਂ ਲੋਕਾਂ ਨੂੰ ਅਸੀਂ ਅਵੇਅਰ ਵੀ ਕਰ ਰਹੇ ਹਾਂ ਕਿ ਇਹ ਕਿਸਾਨ ਭਰਾ ਕਿਸ ਚੀਜ਼ ਦੀ ਲੜਾਈ ਲੜ ਰਹੇ ਨੇ ਤਾਂ ਕਿ ਉਹ ਲੋਕ ਵੀ ਕਲੀਅਰ ਹੋਣ। ਇਸ ਕੰਪੇਨਿੰਗ ਦੇ ਦੌਰਾਨ ਅਸੀਂ ਬਲੌਂਗੀ ਔਰ ਇਸ ਤੋਂ ਇਲਾਵਾ ਜੁਝਾਨਪੁਰ ਇਹ ਸਾਰੀ ਹਾਂ ਸਾਰੀ ਜਗ੍ਹਾ ਸੀ। ਤੁਸੀਂ ਕਹਿੰਦੇ ਇੱਥੇ ਮੋਦੀ ਭਗਤ ਬਹੁਤ ਨੇ ਮੋਦੀ ਭਗਤ ਬਾਰੇ ਕੀ ਸੰਦੇਸ਼ ਦੇਣਾ ਚਾਹੁੰਦੇ ਸੀ? ਹੁਣ ਤਾਂ ਮੋਦੀ ਭਗਤ ਤੁਹਾਨੂੰ ਵਿਰਲੇ ਤਿਰਲੇ ਹੀ ਮਿਲਣਗੇ ਕਿਉਂਕਿ ਹੁਣ ਦੇਖੋ ਤੁਸੀਂ ਬੈਂਕਿੰਗ ਖੇਤਰ ਚਲ ਜਾਓ ਬੈਂਕ ਵਾਲੇ ਇਹਨਾਂ ਦੇ ਅਗੇਂਸਟ ਨੇ ਅਤੇ ਇੱਧਰ ਆ ਜਾਓ ਤੁਸੀਂ ਜੇ ਕਿਸਾਨਾਂ ਵੱਲ ਤਾਂ ਕਿਸਾਨਾਂ ਦੇ ਤੁਸੀਂ ਇੰਨੇ ਮਾਸ ਵਿੱਚ ਇਹ ਲੋਕ ਗਏ ਨੇ ਇਸ ਤੋਂ ਤੁਹਾਨੂੰ ਕਲੀਅਰ ਹੋ ਹੀ ਗਿਆ ਹੋਣਾ ਕਿ ਮੋਦੀ ਭਗਤ ਕਿੰਨੇ ਕੁ ਰਹਿ ਗਏ ਨੇ।